ਇਹਨਾਂ ਇਲੈਕਸ਼ਨ ਜਿੱਤਣ ਵਾਸਤੇ ਇੱਕ ਫਰਜ਼ੀ ਉੱਥੇ ਤਿਆਰ ਕਰਾ ਰਹੇ ਨਾਮ ਬੰਦਿਆਂ ਦੇ, ਪੈਸੇ ਬਹੁਤ ਥੋੜ੍ਹੇ ਆਏ ਸੀ। ਇਹਨਾਂ ਨੇ ਇੱਕ ਲੰਬੀ ਸੌਰੀ ਲਿਸਟ ਬਣਾ ਲਈ, 4601 ਕੇਸਿਸ ਤਾਂ ਸਾਰੇ ਜ਼ਿਲ੍ਹੇ 'ਚ ਨਹੀਂ ਆਏ ਹੋਣੇ। ਮੈਂ ਇਹਨੂੰ ਚੈਲੰਜ ਕਰਨਾ, ਜੇ 50 ਸਾਲਾਂ 'ਚ 4601 ਕੇਸ ਹੁਸ਼ਿਆਰਪੁਰ 'ਚ ਸਾਰੇ ਸਾਲ 'ਚ ਸਾਰੇ ਹਲਕਿਆਂ 'ਚ ਆਇਆ, ਇਹਨਾਂ ਨੇ ਥੋੜ੍ਹੇ ਕੇਸਿਸ ਤੋਂ ਬਾਕੀ ਇੱਕ ਸੈਂਕਸ਼ਨ ਝੂਠੀ ਚਿੱਠੀ ਬਣਵਾ ਲਈ, BDPO ਦੇ ਦਸਤਖਤ ਕਰਾ ਲਏ, ਚੰਦ ਬੰਦਿਆਂ 350 ਬੰਦੇ ਨੂੰ 15 ਤੋਂ 35 ਹਜ਼ਾਰ ਰੁਪਈਆ ਮਿਲੇ। ਜਿਨ੍ਹਾਂ ਨੂੰ ਸੈਂਕਸ਼ਨ ਚਿੱਠੀਆਂ ਦਿੱਤੀਆਂ ਉਹਨਾਂ ਨੂੰ ਬਹਾਨਾ ਇਹ ਲਾ ਦਿੱਤਾ ਕਿ ਗੱਲ ਇਸ ਤਰ੍ਹਾਂ, ਕਿਉਂਕਿ ਇਲੈਕਸ਼ਨ ਕੋਡ ਇਨ ਓਪਰੇਸ਼ਨ ਆ ਗਿਆ, ਪੈਸੇ ਤੁਹਾਡੇ ਖਾਤਿਆਂ 'ਚ ਆਲਰੇਡੀ ਪਏ ਨੇ, ਆਹ ਤੁਸੀਂ ਚਿੱਠੀਆਂ ਫੜ ਲਓ, ਇਲੈਕਸ਼ਨ ਮੁੱਕਦੇ ਹੀ ਤੁਹਾਨੂੰ ਪੈਸੇ ਆ ਜਾਣ। ਟੋਟਲ ਕੇਸ 'ਤੇ ਸੀ ਕੋਈ 300-350, ਇਹਨਾਂ ਨੇ ਉੱਥੇ ਟੋਟਲ ਚਿੱਠੀਆਂ ਬਣਦੀਆਂ 4600। ਮੈਂ ਚੱਲਿਆ ਸਿੱਧਾ ਵਕੀਲ ਵੱਲ, ਅਤੇ ਫਿਰ ਚੱਲਿਆ ਹਾਈ ਕੋਰਟ, ਫਿਰ ਜਾਵਾਂਗੇ ਇਲੈਕਸ਼ਨ ਕਮਿਸ਼ਨ, ਅਤੇ ਚੱਬੇਵਾਲ ਨੂੰ ਕਹਾਂਗੇ, ਅਤੇ ਜੇ ਤੈਨੂੰ ਚੱਬੇ ਨਾ ਚੁਬਾਏ ਤਾਂ ਕੀ, ਤੂੰ ਹੁਣ ਮਾਂ ਸੁੱਤੀ ਮਾਂ ਦੀ ਪੇਟੇ ਛੁਰਾ ਮਾਰ ਕੇ ਗਿਆ ਨਾ, ਅਤੇ ਲੋਕਾਂ ਦਾ ਵੀ ਤੂੰ ਬੇਵਕੂ ਬਣਾਇਆ, ਲੋਕੂ ਵੀ ਤੂੰ ਠੱਗੇ ਆਪਣੇ ਹਲਕੇ 'ਤੇ, ਅਤੇ ਹੁਣ ਤੂੰ ਤਗੜਾ ਹੋ, ਤੇਰੇ ਪਿੱਛੇ ਪਿੱਛੇ ਅਸੀਂ, ਅੱਗੇ ਅੱਗੇ ਤੂੰ ਹੋਏਗਾ, ਪਿੱਛੇ ਪਿੱਛੇ ਅਸੀਂ। ਰਾਜਕੁਮਾਰ ਚੱਬੇਵਾਲ ਦੀ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਲੈ ਕੇ ਪਹਿਲੇ ਦਿਨ ਤੋਂ ਹੀ ਸਵਾਲ ਕੀਤੇ ਜਾ ਰਹੇ ਸੀ। ਅੱਜ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਇੱਕ ਵੱਡਾ ਖੁਲਾਸਾ ਕਰਦੇ ਹੋਏ ਨਜ਼ਰ ਆਏ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਕਿਹਾ ਸੀ ਕਿ ਇਹ ਜੁਆਇਨਿੰਗ ਜਿਹੜੀ ਹੈ ਉਹ ਇੱਕ ਮਾਮਲੇ ਦੀ ਜਾਂਚ ਦੇ ਡਰ ਨਾਲ ਹੋਈ ਹੈ। ਅੱਜ ਇਹਨਾਂ ਨੇ ਖੁਲਾਸਾ ਕੀਤਾ, ਗੱਲਬਾਤ ਕਰ ਲੈਂਦੇ ਸਰ। ਅੱਜ ਤੁਸੀਂ ਚੱਬੇਵਾਲ ਦੀ ਜੁਆਇਨਿੰਗ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਕਿ ਪੈਸੇ ਦੀ ਦੁਰਵਰਤੋਂ ਹੋਈ ਹੈ, ਕਿਸ ਤਰ੍ਹਾਂ ਦਾ ਮਾਮਲਾ ਹੈ, ਕਿਸ ਢੰਗ ਦੇ ਨਾਲ ਇਹਨਾਂ ਨੇ ਪੈਸੇ ਦੀ ਦੁਰਵਰਤੋਂ ਕੀਤੀ, ਔਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਗਰੀਬਾਂ ਲਈ ਉਹ ਪੈਸਾ ਆਇਆ ਸੀ ਲੇਕਿਨ ਉਹਨਾਂ ਨੂੰ ਨਹੀਂ ਮਿਲਿਆ, ਇਹਨਾਂ ਨੇ ਆਪਣੇ ਖਰਚਿਆਂ 'ਤੇ ਉਹ ਪੈਸਾ ਇਨਵੈਸਟ ਕੀਤਾ? ਨਹੀਂ ਨਹੀਂ, ਉਹ ਵੇਖੋ ਤੁਸੀਂ ਗਲਤ ਨਾ ਲਓ, ਆਪਣੇ ਖਰਚੇ ਦੀ ਗੱਲ ਨਹੀਂ ਕੀਤੀ। ਇਹਨਾਂ ਇਲੈਕਸ਼ਨ ਜਿੱਤਣ ਵਾਸਤੇ ਇੱਕ ਫਰਜ਼ੀ ਉੱਥੇ ਤਿਆਰ ਕਰਾ ਰਹੇ ਨਾਮ ਬੰਦਿਆਂ 'ਤੇ, ਪੈਸੇ ਬਹੁਤ ਥੋੜ੍ਹੇ ਆਏ ਸੀ। ਇਹਨਾਂ ਨੇ ਇੱਕ ਲੰਬੀ ਸੌਰੀ ਲਿਸਟ ਬਣਾ ਲਈ, 4601 ਕੇਸਿਸ ਤਾਂ ਸਾਰੇ ਜ਼ਿਲ੍ਹੇ 'ਚ ਨਹੀਂ ਆਏ ਹੋਣੇ। ਮੈਂ ਇਹਨੂੰ ਚੈਲੰਜ ਕਰਨਾ, ਜੇ 50 ਸਾਲਾਂ 'ਚ 4601 ਕੇਸ ਹੁਸ਼ਿਆਰਪੁਰ 'ਚ ਸਾਰੇ ਸਾਲ 'ਚ ਸਾਰੇ ਹਲਕਿਆਂ 'ਚ ਆਇਆ ਹੋਇਆ, ਇਹਨਾਂ ਨੇ ਥੋੜ੍ਹੇ ਕੇਸਿਸ ਤੋਂ ਬਾਕੀ ਇੱਕ ਸੈਂਕਸ਼ਨ ਝੂਠੀ ਚਿੱਠੀ ਬਣਵਾ ਲਈ, BDPO ਦੇ ਦਸਤਖਤ ਕਰਾ ਲਏ, ਚੰਦ ਬੰਦਿਆਂ 350 ਬੰਦੇ ਨੂੰ 15 ਤੋਂ 35 ਹਜ਼ਾਰ ਰੁਪਈਆ ਮਿਲਿਆ। ਜਿਨ੍ਹਾਂ ਨੂੰ ਸੈਂਕਸ਼ਨ ਚਿੱਠੀਆਂ ਦਿੱਤੀਆਂ ਉਹਨਾਂ ਨੂੰ ਬਹਾਨਾ ਇਹ ਲਾ ਦਿੱਤਾ ਕਿ ਗੱਲ ਇਸ ਤਰ੍ਹਾਂ, ਕਿਉਂਕਿ ਇਲੈਕਸ਼ਨ ਕੋਡ ਇਨ ਓਪਰੇਸ਼ਨ ਆ ਗਿਆ, ਪੈਸੇ ਤੁਹਾਡੇ ਖਾਤਿਆਂ 'ਚ ਆਲਰੇਡੀ ਪਏ ਨੇ, ਆਹ ਤੁਸੀਂ ਚਿੱਠੀਆਂ ਫੜ ਲਓ, ਇਲੈਕਸ਼ਨ ਮੁੱਕਦੇ ਹੀ ਤੁਹਾਨੂੰ ਪੈਸੇ ਆ ਜਾਣ। ਸੋ ਜਿਹੜਾ ਟੋਟਲ ਕੇਸ 'ਤੇ ਸੀ ਕੋਈ 300-350, ਇਹਨਾਂ ਨੇ ਉੱਥੇ ਟੋਟਲ ਚਿੱਠੀਆਂ ਬਣਦੀਆਂ 4601, ਉਹ ਕੇਸ ਹੈ ਫੌਜਰੀ ਦਾ, ਲੋਕਾਂ ਨੂੰ ਗੁੰਮਰਾਹ ਕੀਤਾ। ਹੋਰ ਕੀ ਕਰੀਦਾ ਜੀ, ਜਿਹਨੂੰ ਮਿਲਿਆ ਹੀ ਕੁਝ ਨਹੀਂ, ਉਹਦੀਆਂ ਵੋਟਾਂ ਲੈ ਲਈਆਂ, ਹੋਰ ਸ਼ਬਦ ਪੰਜਾਬੀ ਦਾ ਦੱਸ ਲਓ ਕੀ ਕਹੀਦਾ। ਹੁਣ ਮੈਂ ਉਹ ਤਾਂ ਵਰਤ ਨਹੀਂ ਸਕਦਾ ਜਿਹੜਾ ਤੁਹਾਡੇ ਮਨ 'ਚ ਵਰਡ ਹੈ, ਗੁੰਮਰਾਹ ਹੀ ਕਹਿ ਸਕਦੇ ਹੋ ਤੁਸੀਂ। ਹਾਂਜੀ, ਇਸ ਮਾਮਲੇ ਨੂੰ ਲੈ ਕੇ ਤੁਸੀਂ ਕੀ ਸਟੈਂਡ ਲੈਣ ਜਾ ਰਹੇ? ਮੈਂ ਚੱਲਿਆ ਸਿੱਧਾ ਵਕੀਲ ਵੱਲ, ਅਤੇ ਫਿਰ ਚੱਲਿਆ ਹਾਈ ਕੋਰਟ, ਫਿਰ ਜਾਵਾਂਗੇ ਇਲੈਕਸ਼ਨ ਕਮਿਸ਼ਨ, ਅਤੇ ਚੱਬੇਵਾਲ ਨੂੰ ਕਹਾਂਗੇ, ਅਤੇ ਜੇ ਤੈਨੂੰ ਚੱਬੇ ਨਾ ਚੁਬਾਏ ਤਾਂ ਕੀ, ਤੂੰ ਹੁਣ ਮਾਂ ਸੁੱਤੀ ਮਾਂ ਦੀ ਪੇਟੇ ਛੁਰਾ ਮਾਰ ਕੇ ਗਿਆ ਨਾ, ਅਤੇ ਲੋਕਾਂ ਦਾ ਵੀ ਤੂੰ ਬੇਵਕੂ ਬਣਾਇਆ, ਲੋਕੂ ਵੀ ਤੂੰ ਠੱਗੇ ਆਪਣੇ ਹਲਕੇ 'ਤੇ, ਅਤੇ ਹੁਣ ਤੂੰ ਤਗੜਾ ਹੋ ਜਾ, ਤੇਰੇ ਪਿੱਛੇ ਪਿੱਛੇ ਅਸੀਂ, ਅੱਗੇ ਅੱਗੇ ਤੂੰ ਹੋਏਗਾ, ਪਿੱਛੇ ਪਿੱਛੇ ਅਸੀਂ ਹੋਵਾਂਗੇ, ਜਿੰਨਾ ਚਿਰ ਇਹਦਾ ਕੰਮ ਅਸੀਂ ਚੰਗੀ ਤਰ੍ਹਾਂ ਨਿਬੇੜ ਨਹੀਂ ਦਿੰਦੇ। ਹਾਂ,
ਲੇਕਿਨ ਸਰਕਾਰ ਦੀ ਤਰਫੋਂ ਵੀ ਚੱਬੇਵਾਲ ਦੀ ਜੁਆਇਨਿੰਗ ਨੂੰ ਲੈ ਕੇ ਕਈ ਤਰ੍ਹਾਂ ਦੀ ਹੁਣ ਗੱਲਾਂ ਕੀਤੀਆਂ ਗਈਆਂ ਨੇ। ਚੱਬੇਵਾਲ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਹੁਣ ਮੈਂ ਉਹ ਪਾਰਟੀ ਛੱਡਤੀ ਹੈ, ਇਸ ਕਰਕੇ ਉਸ ਪਾਰਟੀ ਦੇ ਲੀਡਰ ਜਿਹੜੇ ਨੇ ਮੈਨੂੰ ਲੈ ਕੇ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ। ਕਹਿੰਦੇ ਮੈਂ ਉਹਨਾਂ 'ਤੇ ਪ੍ਰਤੀਕਿਰਿਆ ਦੇਣਾ ਮੁਨਾਸਿਬ ਨਹੀਂ ਸਮਝਦਾ ਕਿਉਂਕਿ ਉਹ ਮੇਰੇ ਸੀਨੀਅਰ ਲੀਡਰ ਨੇ। ਕੋਈ ਗੱਲ ਨਹੀਂ, ਹੋਰ ਕੀ ਕਹੇ ਜੀ, ਹੋਰ ਮੈਨੂੰ ਦੱਸੋ ਕੀ ਕਹੇ। ਕਹਿਣ ਨੂੰ ਰਿਹਾ ਹੀ ਇਹਦੇ ਕੋਲ ਕੁਝ ਨਹੀਂ, ਇਹਦਾ ਇੱਕ ਇੱਕ ਪੱਤਰਾ ਰਧੇੜ ਦਾਂਗੇ, ਇੱਕ ਇੱਕ। ਟੋਟਲ ਫੌਜਰੀ ਦਾ ਕੇਸ ਹੈ, ਟੋਟਲ ਠੱਗੀ ਦਾ ਕੇਸ ਹੈ, ਲੋਕਾਂ ਦੀ ਚੋਰੀ ਦਾ ਕੇਸ ਹੈ। ਲੋਕਾਂ ਨੂੰ ਜਿਹੜਾ ਆਦਮੀ ਆਪਣੇ ਵੋਟਰ ਨੂੰ ਠੱਗੀ ਮਾਰ ਕੇ, ਝੂਠੇ ਇੱਕ ਸਰਟੀਫਿਕੇਟ ਦੇ ਕੇ, ਉਹਨਾਂ ਨੂੰ ਗੁੰਮਰਾਹ ਕਰਕੇ, ਉਹਨਾਂ ਦੀ ਵੋਟ ਲੈ ਕੇ ਜਿੱਤ ਕੇ, ਅਤੇ ਫਿਰ ਆਪਣੀ ਮਾਂ ਪਾਰਟੀ ਦੀ ਪਿੱਠ ਛੁਰਾ ਮਾਰ, ਜੇ ਉਹਨਾਂ ਨਾਲ ਧੋਖਾ ਹੋ ਸਕਦਾ। ਅਸੀਂ ਤਾਂ ਵੇਖੋ, ਸਾਡੀ ਤਾਂ ਮੈਨੂੰ ਐਕਚੁਅਲੀ ਗੱਲ ਹੈ ਕਿ ਚਿਹਰਾ ਨੂਰਾਨੀ ਸੀ, ਕਰਤੂਤ ਕਾਫਰਾਨੀ ਸੀ, ਇਹਨੂੰ ਕਹਿੰਦੇ ਚਿਹਰਾ ਨੂਰਾਨੀ। ਚਿਹਰਾ ਚੂਰਾ ਚੰਗਾ ਸੀ, ਪੜ੍ਹਿਆ ਲਿਖਿਆ ਸੀ, ਡਾਕਟਰ ਸੀ। ਚਿਹਰਾ ਨੂਰਾਨੀ, ਕਰਤੂਤ ਕਾਫਰਾਨੀ, ਇਹ ਐਵੇਂ ਥੋੜ੍ਹਾ ਪਰਸ਼ੀਅਨ ਦੇ ਸ਼ੇਰ ਬਣੇ ਨੇ। ਚਿਹਰੇ ਤੋਂ ਤਾਂ ਕੋਈ ਹਿਸਾਬ ਹੀ ਨਹੀਂ ਲਾ ਸਕਦਾ ਕਿ ਜਿਹੜਾ ਇਹ ਚੱਬੇਵਾਲ ਹੈ, ਇਹ ਚੀਜ਼ ਕੀ ਹੈ ਜੀ। ਇਹ ਤਾਂ ਹੁਣ ਇਹਦੇ ਕਾਰਨਾਮਿਆਂ ਤੋਂ ਪਤਾ ਲੱਗਾ ਕਿ ਐਵੇਂ ਨਹੀਂ ਪੁਰਾਣੇ ਪਰਸ਼ੀਅਨ ਦੇ ਸ਼ੇਰ ਬਣੇ। ਚਿਹਰਾ ਨੂਰਾਨੀ ਕਿ ਸਮਝੋ, ਚਿਹਰ ਨੂਰ, ਚਿਹਰੇ 'ਤੇ ਤਾਂ ਨੂਰ ਹੈ, ਅਤੇ ਕੰਮ ਜਿਹੜੇ ਨੇ ਉਹ ਕਾਫਰਾਂ ਵਾਲੇ, ਕਾਫਰਾਨੀ ਉਹਨੂੰ ਕਹਿੰਦੇ ਨੇ। ਚਿਹਰਾ ਨੂਰਾਨੀ, ਕਰਤੂਤ ਕਾਫਰਾਨੀ, ਅਤੇ ਇਹੀ ਉਹ ਸਾਬਤ ਕਰ ਦਿੱਤਾ ਇਹਨੇ ਜੀ। ਕਰਤੂਤ ਕਾਫਰਾਂ ਵਾਲੀ ਸੀ, ਚਿਹਰਾ ਨੂਰਾਨੀ ਸੀ, ਅਸੀਂ ਉਸ ਚਿਹਰੇ ਨੂੰ ਪਛਾਣ ਨਹੀਂ ਸਕੇ। ਪਤਾ ਉਦੋਂ ਲੱਗਿਆ ਜਦੋਂ ਘਰ ਲੁੱਟ ਕੇ ਲੈ ਗਿਆ ਜੀ। ਅਤੇ ਇਹ ਵੀ ਕੋਈ ਡਿਮਾਂਡ ਕਰ ਰਹੇ ਹੋ ਕਿ ਡਿਸਕੁਆਲੀਫਾਈ ਕਰ ਦਿੱਤਾ ਜਾਏ ਤਾਂ ਕਿ ਇਹ ਚੋਣ ਨਾ ਲੜ ਸਕਣ? ਮੈਂ ਕਹਿੰਦਾ ਪਹਿਲੇ ਅਸਤੀਫਾ ਦੇ ਗਿਆ, ਪਹਿਲੇ ਮੈਦਾਨ ਵਿੱਚ ਆਏਗਾ ਤਾਂ ਡਿਸਕੁਆਲੀਫਿਕੇਸ਼ਨ ਦਾ ਪਾਵਾਂਗੇ ਨਾ, ਉਹ ਪਾਵਾਂਗੇ। ਅਜੇ ਤਾਂ ਮੈਂ ਉਹ ਛੱਡ ਗਿਆ, ਬਟ ਵੀ ਵਿਲ ਸੀ, ਦਿਸ ਇਜ਼ ਅ ਕਰਪਟ ਪ੍ਰੈਕਟਿਸ, ਇਹ ਦਿਸ ਇਜ਼ ਅ ਕਰਪਟ ਪ੍ਰੈਕਟਿਸ, ਆਈ ਐਮ ਗੋਇੰਗ ਟੂ ਸਪੀਕ ਟੂ ਦੀ ਲੋਇਰ। ਲੋਇਰ ਸਾਨੂੰ ਦੱਸੇਗਾ ਕੀ ਕਰ ਸਕਦੇ ਹੋ, ਜੇ ਅਸੀਂ ਕੁਝ ਕਰ ਸਕਦੇ ਹੋਏ ਵੀ ਵਿਲ ਡੈਫੀਨੇਟਲੀ ਮੂਵ, ਅਸੀਂ ਇਹਨੂੰ ਛੱਡਣਾ ਨਹੀਂ ਹੁਣ ਭਾਵੇਂ ਕੁਝ। ਬਟ ਇਹ ਮੈਂ ਤੁਹਾਨੂੰ ਦੱਸਣਾ, ਇਸ ਜੁਰਮ ਦੇ ਵਿੱਚ ਅਜੇ ਤੱਕ ਤਾਂ ਇਕੱਲਾ ਸੀ, ਹੁਣ ਇਹਦੇ ਵਿੱਚ ਭਗਵੰਤ ਮਾਨ ਅਤੇ ਹਰਪਾਲ ਚੀਮਾ ਵੀ ਸ਼ਾਮਿਲ ਹੋ ਗਏ। ਇਸ ਕ੍ਰਾਈਮ ਦੇ ਵਿੱਚ ਇਹ ਕੋ ਪਾਰਟਨਰਸ ਹੋ ਗਏ ਨੇ, ਕਿਉਂਕਿ ਇਹਨਾਂ ਨੇ, ਉਹ ਜਿਹੜੇ ਲਾਹਪਾਤਰੀ ਨੇ, ਜਿਹੜੇ ਫਰਜ਼ੀ ਲਾਹਪਾਤਰੀ ਨੇ, ਝੂਠੇ ਲਾਹਪਾਤਰੀ ਨੇ, ਜਿਨ੍ਹਾਂ ਦਾ ਹੱਕ ਨਹੀਂ ਸੀ, ਉਹਨਾਂ ਨੂੰ ਪੈਸੇ ਰਿਲੀਜ਼ ਕਰਾਤੇ ਨੇ। ਅਤੇ ਮੇਰੀ ਸਮਝਦੇ ਹੋ ਨਾ ਜੀ, ਜੇ ਤੁਸੀਂ ਸਹੀ ਮਾਇਨੇ 'ਚ ਥੱਲੇ ਇਨਕੁਆਇਰੀ ਹੁੰਦੀ, ਘਰਾਂ ਵਿੱਚ ਫਿਜ਼ੀਕਲੀ ਜਾ ਕੇ ਉਹ ਕਹਿੰਦੇ ਕਿ ਇਹ ਲਾਹਪਾਤਰੀ, ਫਿਰ ਤਾਂ ਉਹਨਾਂ ਨੂੰ ਪੈਸੇ ਦੇਣ 'ਚ ਕੋਈ ਗੱਲ ਨਹੀਂ ਸੀ। ਬਟ ਇਹ ਫਰਜ਼ੀ ਬਣੇ ਸੀ, ਇਹਨੇ ਹਰ ਇਨਫਲੂਐਂਸ਼ੀਅਲ ਆਪਣੇ ਏਰੀਏ 'ਚ ਬੰਦੇ ਲੱਭ ਲਏ ਪਿੰਡ ਵਾਈਜ਼। ਇਹ 65 ਪਿੰਡਾਂ ਦੇ ਕੇਸਿਸ ਨੇ, 65 ਵਿਲੇਜਸ, 6600 ਨੂੰ 65 ਤੁਸੀਂ ਵੇਖ ਲਓ ਕਿ ਹਰ ਪਿੰਡ 'ਚ ਕਿੰਨੇ ਕਿੰਨੇ ਕੇਸ ਆ ਜਾਂਦੇ ਜੀ। ਤਕਰੀਬਨ 8-10 ਕੇਸਿਸ ਪਰ ਪਿੰਡ ਬਣ ਜਾਂਦੇ। ਜਿਸ ਬੰਦੇ ਕੋਲ 10-20 ਵੋਟਾਂ ਸੀ, ਉਹਨੂੰ ਫਰਜ਼ੀ ਚਿੱਠੀਆਂ ਦੇ ਦਿੱਤੀਆਂ, ਉਹਨੂੰ ਕਹਿਤਾ ਕਿ ਬਾਕੀਆਂ ਨੂੰ ਪੈਸੇ ਰਿਲੀਜ਼ ਹੋ ਗਏ, ਤੈਨੂੰ ਆਉਂਦੇ ਹੀ ਮਿਲ ਜਾਣੇ, ਉਸੇ ਗੱਲ 'ਚ ਵੋਟਾਂ ਲੈ ਗਏ ਜੀ। CBI ਤੋਂ ਜਾਂਚ ਦੀ ਮੰਗ? ਨਹੀਂ, ਉਹ ਤਾਂ ਹਾਈਕੋਰਟ 'ਚ ਜਾਵਾਂਗੇ, ਬੇਸਿਕਲੀ CBI ਕੋਲ ਜਾਵਾਂਗੇ, ਹੋਰ ਕਿਹਦੇ ਕੋਲ ਜਾਈਏ ਜੀ। ਔਰ ਇਹਨਾਂ ਕੋਲ ਤਾਂ ਜਾਣ ਤੋਂ ਰਹੇ ਜੀ, ਵਿਜੀਲੈਂਸ ਵਾਲਿਆਂ ਕੋਲ। ਇਹਨਾਂ ਨੇ ਤਾਂ 2 ਸਰਟੀਫਿਕੇਟ ਰੱਖੇ ਨੇ, ਜਿੰਨਾ ਚਿਰ ਇਹਨਾਂ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਗਿਣਗਾਰ ਹੋ। ਜਿੱਦਣ ਆ ਜਾਂਦੇ ਹੋ, ਇਹਨਾਂ ਦੀ ਉਹ ਜਿਹੜੀ ਵਾਸ਼ਿੰਗ ਮਸ਼ੀਨ ਹੈ ਆਪ ਦੀ, ਉਹਦੇ ਨਾਲ ਬਹੁਤ ਸੋਹਣੇ ਢੰਗ ਨਾਲ ਸਰਦੇ। ਭਾਜਪਾ ਨੂੰ ਵੀ ਚੰਗੀ ਲੇਟੈਸਟ ਮਸ਼ੀਨ ਲਿਆਉਂਦੀ ਹੈ, ਉਹਨਾਂ ਦੀ ਚਾਈਨਾ ਤੋਂ ਬਣ ਕੇ ਆਈ ਸੀ, ਇਹਨਾਂ ਦੀ ਪਾਕਿਸਤਾਨ ਤੋਂ ਬਣੀ। ਹਾਂਜੀ, ਚਲੋ ਵੱਡੀ ਗੱਲ ਆਖੀ ਹੈ, ਲੇਕਿਨ ਮੁਸ਼ਕਲਾਂ ਜਿਹੜੀਆਂ ਨੇ ਚੱਬੇਵਾਲ ਦੀ ਇਸ ਐਲੀਗੇਸ਼ਨ ਤੋਂ ਬਾਅਦ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਇਸ ਐਲੀਗੇਸ਼ਨਾਂ ਦਾ ਜਵਾਬ ਹੁਣ ਚੱਬੇਵਾਲ ਕਿਸ ਲਹਿਜ਼ੇ ਦੇ ਵਿੱਚ ਲੈਂਦੇ ਹੋਏ ਨਜ਼ਰ ਆਉਂਦੇ ਨੇ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube।
ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।